ਵੀ ਆਪਾਂ ਸੰਜੀਵ ਕਨੌਲੀ ਦੀ ਉਹ ਵੀ ਆਪਣਾ ਜਿਹੜਾ ਕਾਫੀ ਵੀਡੀਓ ਵਿੱਚ ਵਿਵਾਦਾਂ ਵਿੱਚ ਆਏ ਹੋਏ ਆ ਉਹ ਆਪਾਂ ਜੇ ਇਹ ਲਾ ਲਈਏ ਆਪਣੇ ਸੰਘਰਸ਼ ਨੂੰ ਕੁਝ ਖਰਾਬ ਕਰਨ ਦੇ ਲੱਗੇ ਹੋਏ ਆ ਉਹ ਨਹੀਂ ਉਹ ਗੱਲ ਇਹ ਆ ਜੀ ਵੀ ਉਹ ਤਾਂ ਇੱਕ ਹਾਰਿਆ ਹੋਇਆ ਮਨੁੱਖ ਆ ਹਾਰਿਆ ਹੋਇਆ ਮਨੁੱਖ ਲੋਕਾਂ 'ਚ ਆਪਣੇ ਆਪ ਨੂੰ ਜਿਉਂਦਾ ਰਹਿਣ ਲਈ ਪੁੱਠੇ ਸਿੱਧੇ ਬਿਆਨ ਦੇ ਰਿਹਾ ਇੱਥੇ ਦਾ ਜਿਹੜਾ ਬੀਜੇਪੀ ਦਾ ਨੈਸ਼ਨਲ ਸਪੋਕਸਮੈਨ ਆ ਇਕਬਾਲ ਸਿੰਘ ਲਾਲਪੁਰਾ ਉਹਦੇ ਮਨਸੂਬੇ ਨਹੀਂ ਕਾਮਯਾਬ ਹੋਏ ਸਾਰੇ ਲੋਕ ਸੰਘਰਸ਼ ਤੋਂ ਧਿਆਨ ਭਟਕਾਉਣ ਦੀਆਂ ਗੱਲਾਂ ਕਰ ਰਹੇ ਆ ਇਹ ਕਿਸੇ ਨੇ ਕਾਮਯਾਬ ਨਹੀਂ ਹੋਣਾ ਮੋਦੀ ਸਰਕਾਰ ਬੁਰੀ ਤਰ੍ਹਾਂ ਬਖਰਾ ਗਈ ਆ ਪਰ ਇੰਨੇ ਹੱਥ ਕੰਡੇ ਵਰਤਣ ਦੇ ਬਾਵਜੂਦ ਵੀ ਜਿਹੜੇ ਕਿਸਾਨ ਹੈਗੇ ਆ ਜਾਂ ਜਿਹੜੇ ਲੋਕ ਆ ਇਹਨਾਂ ਦੇ ਡਰ ਤੋਂ ਟਰੱਸ ਤੋਂ ਮਸ ਨਹੀਂ ਹੋ ਰਹੇ ਇੱਕ ਗੱਲ ਤਾਂ ਮੋਦੀ ਭੁੱਲ ਜਾਵੇ ਕਿ ਮੋਦੀ ਮੁੜ ਕੇ ਜਿਹੜਾ ਹੈਗਾ ਇਹ ਮੁੜ ਕੇ ਚਾਹ ਵੇਚਣ ਵਾਲੇ ਕੰਮ ਜਿਹੜੇ ਮੋਦੀ ਨੂੰ ਕਰਨੇ ਪੈਣੇ ਆ ਬਾਕੀ ਜਿਹੜਾ ਰਾਜ ਗੱਦੀ ਦਾ ਇਹਦੀ ਕਿਸਮਤ 'ਚ ਲਿਖਿਆ ਹੋਇਆ ਤਾਂ ਉਹ ਇਹਨੇ ਭੋਗ ਲਿਆ ਜਿਵੇਂ ਰਾਵਣ ਆਪਣੇ ਹੰਕਾਰ ਨਾਲ ਮਾਰਿਆ ਗਿਆ ਐਡਾ ਹੀ ਮੋਦੀ ਨੇ ਵੀ ਆਪਣੇ ਹੰਕਾਰ ਨਾਲ ਮਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਨੌਲੀ ਵਿਖੇ ਮੰਡੀ ਵਿੱਚ ਜਿਹੜਾ ਅੱਜ ਕਿਸਾਨ ਸੰਘਰਸ਼ ਜਿਹੜਾ ਇਕੱਠਾ ਹੋਇਆ ਅਤੇ ਸਾਡੇ ਵਿੱਚ ਗੁਰਿੰਦਰ ਸਿੰਘ ਜੀ ਗੋਗੀ ਕਨੌਲੀ ਤੋਂ ਮੌਜੂਦ ਹੈ ਅਤੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਸਰ ਅੱਜ ਆਪਾਂ ਕੀ ਜਿਹੜਾ ਪ੍ਰੋਗਰਾਮ ਉਹ ਲਿਖਿਆ ਜੀ ਇਹ ਜੀ ਅੱਜ ਅਸੀਂ ਇੱਕ ਸਾਰੇ ਇਲਾਕੇ ਦੇ ਕਿਸਾਨਾਂ ਦੀ ਮੀਟਿੰਗ ਬੁਲਾਈ ਸੀ ਕਿਉਂਕਿ ਜਿਹੜਾ ਕਿਸਾਨ ਜਥੇਬੰਦੀਆਂ ਨੇ ਸੱਦਾ ਦਿੱਤਾ ਹੋਇਆ ਵੀ 26 ਤਰੀਕ ਨੂੰ ਦਿੱਲੀ ਜਿਹੜੀ ਪਰੇਡ ਆ ਉਹ ਕਿਸਾਨਾਂ ਨੇ ਆਪਣੀ ਪਰੇਡ ਅਲੱਗ ਕਰਨੀ ਆ ਉਹਦੇ ਲਈ ਉਹਨਾਂ ਨੇ ਸਾਰੇ ਜਿਹੜੇ ਹੈਗੇ ਆ ਕਿਸਾਨਾਂ ਨੂੰ ਸੱਦਾ ਦਿੱਤਾ ਸੀ ਉੱਥੇ ਪਹੁੰਚੋ ਉਹ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਅਸੀਂ ਇਹ ਮੀਟਿੰਗ ਬੁਲਾਈ ਸੀਗੀ ਮੀਟਿੰਗ ਬਹੁਤ ਕਾਮਯਾਬ ਰਹੀ ਆ ਸਾਰੇ ਇਲਾਕੇ ਦੇ ਕਿਸਾਨ ਬੜੇ ਜੋਸ਼ ਔਰ ਹੋਸ਼ ਨਾਲ ਇੱਥੇ ਪਹੁੰਚੇ ਆ ਔਰ ਅਸੀਂ ਬਣਾਇਆ ਪ੍ਰੋਗਰਾਮ ਵੀ 18 ਤਰੀਕ ਨੂੰ ਪਰਸੋਂ ਨੂੰ ਅਸੀਂ ਟਰੈਕਟਰ ਮਾਰਚ ਹੋਰ ਇਲਾਕੇ ਦੇ ਲੋਕਾਂ ਨੂੰ ਲਾਮਬੰਦ ਕਰਨ ਲਈ ਇੱਥੋਂ ਕੱਢਾਂਗੇ ਜਿਹੜਾ ਅਨਾਜ ਮੰਡੀ ਕਨੌਲੀ ਦੇ ਸ਼ੁਰੂ ਹੋ ਕੇ ਨੋਹੋਂ ਦਬੁਰਜੀ ਲੋਹਗੜ੍ਹ ਫਿੱਡੇ ਲਾਉਦੀ ਮਾਜਰਾ ਕਟਲੀ ਰੋਪੜ ਸ਼ਹਿਰ ਹੁੰਦਾ ਹੋਇਆ ਬਾਸ਼ ਖਵਾਸਪੁਰਾ ਮਲਕਪੁਰ ਅਲੀਪੁਰ ਨੂੰ ਜਿਹੜਾ ਹੁੰਦਾ ਹੋਇਆ ਇੱਥੇ ਆ ਕੇ ਸਮਾਪਤ ਹੋਊਗਾ ਸਾਡਾ ਇੱਕੋ ਇੱਕ ਮਕਸਦ ਆ ਕਿ ਵੱਧ ਤੋਂ ਵੱਧ ਲੋਕਾਂ ਨੂੰ ਲਾਮਬੰਦ ਕਰਿਆ ਜਾਵੇ ਵੱਧ ਤੋਂ ਵੱਧ ਲੋਕਾਂ ਨੂੰ ਇਹ ਸੰਘਰਸ਼ ਨਾਲ ਜੋੜਿਆ ਜਾਵੇ ਅਤੇ ਦਿੱਲੀ ਪਹੁੰਚਣ ਦੇ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਸੁਨੇਹਾ ਦਿੱਤਾ ਜਾਵੇ ਉਹ ਸੁਨੇਹਾ ਦੇਣ ਦੇ ਲਈ ਜਿਹੜਾ ਹੈਗਾ ਪਰਸੋਂ ਨੂੰ ਅਸੀਂ ਜਿਹੜਾ ਇੱਕ ਕਿਸਾਨ ਟਰੈਕਟਰ ਮਾਰਚ ਜਿਹੜਾ ਹੈਗਾ ਉਹ ਅਸੀਂ ਕਰ ਰਹੇ ਹਾਂ ਜੀ ਅਤੇ ਗੱਲ ਕਰਨੀ ਆਪਾਂ ਸੰਜੀਵ ਕਨੌਲੀ ਦੀ ਉਹ ਵੀ ਆਪਣਾ ਜਿਹੜਾ ਕਾਫੀ ਵੀਡੀਓ ਵਿੱਚ ਵਿਵਾਦਾਂ ਵਿੱਚ ਆਏ ਹੋਏ ਆ ਉਹ ਆਪਾਂ ਜੇ ਇਹ ਲਾ ਲਈਏ ਆਪਣੇ ਸੰਘਰਸ਼ ਨੂੰ ਕੁਝ ਖਰਾਬ ਕਰਨ ਦੇ ਲੱਗੇ ਹੋਏ ਆ ਉਹ ਨਹੀਂ ਉਹ ਗੱਲ ਇਹ ਆ ਜੀ ਵੀ ਉਹ ਤਾਂ ਇੱਕ ਹਾਰਿਆ ਹੋਇਆ ਮਨੁੱਖ ਆ ਹਾਰਿਆ ਹੋਇਆ ਮਨੁੱਖ ਲੋਕਾਂ 'ਚ ਆਪਣੇ ਆਪ ਨੂੰ ਜਿਉਂਦਾ ਰਹਿਣ ਲਈ ਪੁੱਠੇ ਸਿੱਧੇ ਬਿਆਨ ਦੇ ਰਿਹਾ ਉਹਦੇ ਬਿਆਨਾਂ ਦੇ ਨਾਲ ਨਾ ਸੰਘਰਸ਼ ਖਰਾਬ ਹੋਣਾ ਨਾ ਸੰਘਰਸ਼ ਨੇ ਭਟਕਣਾ ਉਹ ਆਪਣੇ ਉਹਦੇ ਮਨਸੂਬੇ ਜਿਹੜੇ ਹੈਗੇ ਆ ਉਹ ਕਾਮਯਾਬ ਨਹੀਂ ਹੋਏ ਇੱਥੇ ਦਾ ਜਿਹੜਾ ਬੀਜੇਪੀ ਦਾ ਨੈਸ਼ਨਲ ਸਪੋਕਸਮੈਨ ਆ ਇਕਬਾਲ ਸਿੰਘ ਲਾਲਪੁਰਾ ਉਹਦੇ ਮਨਸੂਬੇ ਨਹੀਂ ਕਾਮਯਾਬ ਹੋਏ ਉਹ ਪਿਛਲੇ ਦਿਨ ਵੀਡੀਓ ਪਾ ਕੇ ਕਹਿੰਦੇ ਕਿਸਾਨ ਤਾਂ ਕਤੂਰੇ ਆ ਜੀ ਦਿਨੇ ਭੌਂਕਦੇ ਆ ਰਾਤ ਨੂੰ ਮੇਰੇ ਮਹਿਲਾਂ ਜਾ ਕੇ ਮੇਰੇ ਮਾਫੀ ਮੰਗਦੇ ਆ ਇਹ ਉਹਨਾਂ ਲੋਕਾਂ ਦੇ ਮਨਸੂਬੇ ਜਿਹੜੇ ਫੁੱਟ ਪਾਉਂਦੇ ਆ ਉਹ ਨਹੀਂ ਕਾਮਯਾਬ ਹੋਏ ਉਹ ਫਿਰ ਪਿਛਲੀ ਵੀਡੀਓ 'ਚ ਇਕਬਾਲ ਸਿੰਘ ਲਾਲਪੁਰਾ ਕਹਿ ਰਿਹਾ ਸੀ ਕਿ ਜਿਹੜਾ ਹਿੰਦੂਆਂ ਦਾ ਹਵਨ ਜੱਗ ਆ ਇਹਦੇ 'ਚ ਜਿਹੜਾ ਹੈਗਾ ਮੇਰੇ ਸਰਬਨਾਸ਼ ਲਈ ਕਰਾਇਆ ਜਾ ਰਿਹਾ ਮੇਰੇ ਇਹ ਸਾਰੇ ਲੋਕ ਸੰਘਰਸ਼ ਤੋਂ ਧਿਆਨ ਭਟਕਾਉਣ ਦੀਆਂ ਗੱਲਾਂ ਕਰ ਰਹੇ ਆ ਇਹ ਕਿਸੇ ਨੇ ਕਾਮਯਾਬ ਨਹੀਂ ਹੋਣਾ ਕਿਉਂਕਿ ਜਿਹੜੇ ਕਿਸਾਨ ਆ ਇਕੱਲੇ ਕਿਸਾਨ ਨਹੀਂ ਅੱਜ ਦੇਸ਼ ਦਾ ਹਰੇਕ ਵਾਸੀ ਜਿਹੜਾ ਅੰਦੋਲਨ ਨਾਲ ਜੁੜ ਚੁੱਕਿਆ ਹਰੇਕ ਵਾਸੀ ਜਿਹੜਾ ਹੈਗਾ ਆਪਣਾ ਇਹਦੇ ਨਾਲ ਚਾਹੁੰਦਾ ਕਿ ਮੈਂ ਜਿਹੜਾ ਯੋਗਦਾਨ ਪਾਵਾਂ ਉਹ ਵੀ ਜਿਹੜਾ ਹੈਗਾ ਨਿਰਪੱਖ ਹੋ ਕੇ ਬਿਨਾਂ ਕਿਸੇ ਲਾਜ ਤੋਂ ਯੋਗਦਾਨ ਪਾਵਾਂ ਉਹ ਸਾਰੇ ਪਾ ਰਹੇ ਆ ਐਸੇ ਜਿਹੜੇ ਚੰਦ ਲੋਕ ਆ ਇਹਨਾਂ ਦੇ ਨਾਲ ਸੰਘਰਸ਼ ਨੂੰ ਕੋਈ ਫਰਕ ਨਹੀਂ ਪੈਣਾ ਇਹ ਸਿਰਫ ਆਪਣੀ ਹੋਮਾਂ ਦੀ ਪੂਰਤੀ ਕਰ ਰਹੇ ਆ ਹਟ ਜਾਣਗੇ ਚਾਰ ਦਿਨ ਨੂੰ ਆਪੇ ਹਟ ਜਾਣਗੇ ਜੀ ਅਤੇ ਜੇ ਆਪਾਂ ਗੱਲ ਕਰ ਲਈਏ ਮੋਦੀ ਸਰਕਾਰ ਦੀ ਤਾਂ ਮੋਦੀ ਸਰਕਾਰ ਨੇ ਕਾਫੀ ਆਪਣੇ ਹੱਥ ਕੰਡੇ ਅਪਣਾ ਰਹੀ ਹੈ ਜਿਵੇਂ ਕਿ ਪਹਿਲਾਂ ਆਪਾਂ ਦਿੱਲੀ ਦੀ ਗੱਲ ਕਰ ਲਈਏ ਉੱਥੇ ਕਾਫੀ ਸੋਸ਼ਲ ਮੀਡੀਆ ਨੇ ਜਿਹੜੇ ਵੀਡੀਓ ਵਾਇਰਲ ਹੋਣ 'ਤੇ ਉਹਨਾਂ ਨੇ ਕੋਈ ਵੀ ਉਹਨਾਂ ਦੇ ਹੱਥ ਕੰਡੇ ਨਹੀਂ ਚੱਲੇ ਪਰ ਹੁਣ ਉਹ ਆਪਣੇ ਜਿਹੜੇ ਯੂਟਿਊਬ ਚੈਨਲ ਵਾਲੇ ਆ ਜਾਂ ਉਹਨਾਂ ਦੇ ਸਮਰਥਕ ਆ ਉਹਨਾਂ ਦੇ ਜਿਹੜੇ ਪਰਚੇ ਦਰਜ ਕੀਤੇ ਜਾ ਰਹੇ ਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਮੋਦੀ ਸਰਕਾਰ ਬੁਰੀ ਤਰ੍ਹਾਂ ਬਖੜਾ ਗਈ ਆ ਮੋਦੀ ਸਰਕਾਰ ਇੱਥੇ ਤੱਕ ਘਬਰਾਹਟ ਵਿੱਚ ਆ ਕਿ ਉਹ ਕੋਝੇ ਹੱਥ ਕੰਡੇ ਵਰਤ ਕੇ ਕਦੇ ਪੱਤਰਕਾਰਾਂ 'ਤੇ ਪਰਚੇ ਦਰਜ ਕਰਨ ਦੀ ਕੋਸ਼ਿਸ਼ ਕਰਦੀ ਆ ਕਦੇ ਕਲਾਕਾਰਾਂ ਨੋਟਸ ਭੇਜਣ ਦੀ ਕੋਸ਼ਿਸ਼ ਕਰਦੀ ਆ ਕਦੇ ਆੜ੍ਹਤੀਆਂ ਦੇ ਛਾਪੇ ਵੱਜਦੇ ਆ ਇਹ ਮੋਦੀ ਸਰਕਾਰ ਦੀ ਜਿਹੜੀ ਘਬਰਾਹਟ ਆ ਬਿਲਕੁਲ ਝਲਕਦੀ ਆ ਪਰ ਇੰਨੇ ਹੱਥ ਕੰਡੇ ਵਰਤਣ ਦੇ ਬਾਵਜੂਦ ਵੀ ਜਿਹੜੇ ਕਿਸਾਨ ਹੈਗੇ ਆ ਜਾਂ ਜਿਹੜੇ ਲੋਕ ਆ ਇਹਨਾਂ ਦੇ ਡਰ ਤੋਂ ਟਰੱਸ ਤੋਂ ਮਸ ਨਹੀਂ ਹੋ ਰਹੇ ਉਹ ਪੂਰੇ ਜੋਸ਼ ਨਾਲ ਲੱਗੇ ਹੋਏ ਆ ਇਹ ਮੋਦੀ ਸਰਕਾਰ ਦੇ ਜਿਹੜੇ ਕੁਝ ਹੱਥ ਕੰਡੇ ਚੱਲਣੇ ਨਹੀਂ ਹੈਗੇ ਮੋਦੀ ਸਰਕਾਰ ਨੂੰ ਗੱਲ ਸਮਝ ਲੈਣੀ ਚਾਹੀਦੀ ਆ ਵੀ ਜਦੋਂ ਤੁਸੀਂ ਇੰਨਾ ਕੁਛ ਕਰ ਲਿਆ ਲੋਕ ਫਿਰ ਨਹੀਂ ਡਰਦੇ
ਤੁਸੀਂ ਕਿਸਾਨਾਂ ਨੂੰ ਅੱਤਵਾਦੀ ਕਹਿ ਲਿਆ, ਵੱਖਵਾਦੀ ਕਹਿ ਲਿਆ, ਮਾਓਵਾਦੀ ਕਹਿ ਲਿਆ, ਖਾਲਿਸਤਾਨੀ ਕਹਿ ਲਿਆ, ਤੁਹਾਨੂੰ ਸੁਪਰੀਮ ਕੋਰਟ ਨੇ ਵੀ ਝਾੜ ਮਾਰੀ ਆ ਬਈ ਜੇ ਖਾਲਿਸਤਾਨੀ ਆ ਫਿਰ ਤੁਸੀਂ ਫੜਦੇ ਕਿਉਂ ਨਹੀਂ ਹੈਗੇ। ਪਰ ਤੁਸੀਂ ਇਹ ਜਿਹੜੇ ਸੰਘਰਸ਼ਮਈ ਲੋਕ ਆ, ਤੁਸੀਂ ਇਹਨਾਂ ਦੇ ਝੂਠਾ ਪ੍ਰਚਾਰ ਕਰਦੇ ਆ। ਸੁਪਰੀਮ ਕੋਰਟ ਦਾ ਹਿੰਦੁਸਤਾਨ ਦੀ ਸਰਵਉੱਚ ਅਦਾਲਤ ਨਾ, ਜਦੋਂ ਸੁਪਰੀਮ ਕੋਰਟ ਨੇ ਇਹ ਮੰਨ ਲਿਆ ਵੀ ਇਹ ਲੋਕ ਜਿਹੜੇ ਆ ਨਾ ਇਹ ਅੱਤਵਾਦੀ ਆ, ਨਾ ਵੱਖਵਾਦੀ ਆ, ਨਾ ਖਾਲਿਸਤਾਨੀ ਆ, ਇਹ ਤਾਂ ਆਪਣੇ ਹੱਕ ਲੈਣ ਲਈ ਸੰਘਰਸ਼ ਕਰਦੇ, ਉਹਨੇ ਵੀ ਜਾ ਦਿੱਤੀ ਹੋਈ ਆ। ਫਿਰ ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ, ਜਿੰਨੇ ਜਲਦੀ ਮੋਦੀ ਸਰਕਾਰ ਇਹ ਜਿਹੜੇ ਬਿੱਲ ਹੈਗੇ ਆ ਇਹਨਾਂ ਨੂੰ ਵਾਪਸ ਲੈ ਲੂਗੀ, ਉਸੇ ਸਰਕਾਰ ਦਾ ਓਨਾ ਹੀ ਮੋਦੀ ਸਰਕਾਰ ਦਾ ਫਾਇਦਾ। ਇੱਕ ਗੱਲ ਤਾਂ ਮੋਦੀ ਭੁੱਲ ਜਾਵੇ ਕਿ ਮੋਦੀ ਮੁੜ ਕੇ ਜਿਹੜਾ ਹੈਗਾ ਇਹ ਮੁੜ ਕੇ ਚਾਹ ਵੇਚਣ ਵਾਲੇ ਕੰਮ ਜਿਹੜੇ ਮੋਦੀ ਨੂੰ ਕਰਨੇ ਪੈਣੇ ਆ। ਬਾਕੀ ਜਿਹੜਾ ਰਾਜ ਗੱਦੀ ਦਾ ਇਹਦੀ ਕਿਸਮਤ 'ਚ ਲਿਖਿਆ ਹੋਇਆ ਤਾਂ ਉਹ ਇਹਨੇ ਭੋਗ ਲਿਆ, ਜਿਵੇਂ ਰਾਵਣ ਆਪਣੇ ਹੰਕਾਰ ਨਾਲ ਮਾਰਿਆ ਗਿਆ, ਇੱਦਾਂ ਹੀ ਮੋਦੀ ਨੇ ਵੀ ਆਪਣੇ ਹੰਕਾਰ ਨਾਲ ਮਰ ਜਾਣਾ। ਅਤੇ ਜੇ ਗੱਲ ਕਰੀਏ ਪੰਜੀ ਸਟਾਰ ਟੀਮ ਦੇ ਮਾਧਿਅਮ ਦੇ, ਜਿਹੜੇ ਅੱਜ ਬੰਦੇ ਉਰੇ ਨਹੀਂ ਪਹੁੰਚੇ ਆ, ਕਾਫੀ ਘੱਟ ਸੀ ਪਰ ਨਹੀਂ ਪਹੁੰਚੇ ਆ, ਜਿਹੜੇ ਉਹਨਾਂ ਨੂੰ ਤੁਸੀਂ ਜਿਹੜੀ 18 ਦਿਨ ਦੀ ਨੀਤੀ ਬਾਰੇ ਕੀ ਕਹੋਗੇ? ਮੈਂ ਜੀ ਸਟਾਰ ਦਾ ਸਾਰਿਆਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ, ਕਿਉਂਕਿ ਮੈਂ ਲੰਬੇ ਸਮੇਂ ਤੋਂ ਦੇਖ ਰਿਹਾ ਜਦੋਂ ਵੀ ਕਿਸੇ ਵੀ ਸੰਘਰਸ਼ ਦੀ ਗੱਲ ਆਉਂਦੀ ਆ, ਤੁਸੀਂ ਆਪਣੇ ਕੈਮਰੇ ਰਾਹੀਂ ਆਪਣੀ ਆਵਾਜ਼ ਰਾਹੀਂ ਉਹ ਸੰਘਰਸ਼ ਨੂੰ ਹੋਰ ਬੁਲੰਦੀਆਂ 'ਤੇ ਪਹੁੰਚਾਉਣ ਲਈ ਅਹਿਮ ਯੋਗਦਾਨ ਪਾਉਂਦੇ ਹਾਂ। ਮੈਂ ਤੁਹਾਡਾ ਧੰਨਵਾਦ ਕਰਦਾ, ਤੁਸੀਂ ਅੱਜ ਵੀ ਆਏ ਹੋ, ਮੈਂ ਤੁਹਾਡੇ ਚੈਨਲ ਰਾਹੀਂ ਇਹ ਸੁਨੇਹਾ ਦਿੰਦਾ ਬਈ ਭਾਈ ਜਿਹੜੇ ਅੱਜ ਨਹੀਂ ਆਏ ਉਹ 18 ਤਰੀਕ ਨੂੰ 10 ਵਜੇ ਆਪਣੇ ਟਰੈਕਟਰ ਲੈ ਕੇ ਜਿਹੜੇ ਹੈਗੇ ਆ ਵੱਧ ਤੋਂ ਵੱਧ ਸੰਗਤਾਂ ਲੈ ਕੇ ਇੱਥੇ ਪਹੁੰਚਣ, ਤਾਂ ਕਿ ਜਿਹੜਾ ਟਰੈਕਟਰ ਮਾਰਚ ਕਰਨਾ ਉਹਦੇ 'ਚ ਵੱਧ ਤੋਂ ਵੱਧ ਸ਼ਮੂਲੀਅਤ ਹੋਵੇ। ਇਹ ਤੁਹਾਡਾ ਚੈਨਲ ਜਿਹੜੇ ਹੈਗੇ ਆ, ਕਿਉਂਕਿ ਅੱਜ ਜਿੰਨੇ ਲੋਕ ਆਏ ਆ ਇਹਨਾਂ ਦੇ ਨਾਲ ਤੁਹਾਡੇ 100-100 ਗੁਣਾ ਵੱਧ ਲੋਕਾਂ ਨੇ ਤੁਹਾਡੇ ਚੈਨਲ 'ਤੇ ਦੇਖਣਾ, ਉਹਦੇ ਨਾਲ ਸਾਰੇ ਸੰਘਰਸ਼ ਨੂੰ ਵੱਡਾ ਬਲ ਮਿਲਦਾ। ਮੈਂ ਤੁਹਾਡਾ ਫਿਰ ਧੰਨਵਾਦ ਕਰਦਾ। ਧੰਨਵਾਦ ਜੀ। ਅਤੇ ਕੈਮਰਾਮੈਨ ਅਮਰਦੀਪ ਸਿੰਘ ਦੇ ਨਾਲ, ਜੀ ਸਟਾਰ ਟੀਮ ਦੇ ਨਾਲ ਕਿਰਪਾਲ।